ਸਾਡੇ ਪਹੁੰਚ ਗਏ ਪਹਿਲੇ ਤਾਂ ਆਪਾਂ ਸਬਜ਼ੀ ਤਿਆਰ ਨਹੀਂ ਸੀਗੀ ਤੇ ਕੈਮਰਾ ਨੇ ਸਾਡੇ ਹੱਥ ਤੇ ਉੱਪਰ ਚਾਲ ਕਿਆ ਆਨੰਦ ਆਇਆ ਤਾਂ ਚੱਕਰ ਦਾ ਆਸ ਕਰਦਾ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੋਏਗੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਬੜੀ ਕਿਰਪਾ ਮਹਿਰਾਮਤ ਹੋਈ ਹੈ। ਗੁਰੂ ਕੇ ਮਹਾਨ ਕੀਰਤਨੀਏ ਸ਼ੁਮਾਰੂ ਕੰਪਨੀ ਦੇ ਸਾਡੇ ਸਭ ਤੋਂ ਵੱਡੇ ਓਨਰ ਅਤੇ ਸਾਡੇ ਖਾਸਮ ਖਾਸ ਬਬਲੀ ਸਿੰਘ ਜੀ ਅਤੇ ਜਿਹੜੇ ਕੀਰਤਨੀਆਂ ਨਾਲ ਬਹੁਤ ਪਿਆਰ ਕਰਦੇ ਨੇ ਅਤੇ ਬਹੁਤ ਸਤਿਕਾਰ ਬਖਸ਼ਿਸ਼ ਕਰਦੇ ਨੇ। ਸਾਡੇ ਕਈ ਸ਼ਬਦ ਇਹਨਾਂ ਦੀ ਕੰਪਨੀ ਦੇ ਵਿੱਚ ਆ ਚੁੱਕੇ ਹੋਏ ਨੇ। ਸੋ ਬਹੁਤ ਜਲਦੀ ਇੱਕ ਸਤਿਗੁਰਾਂ ਦੀ ਕਿਰਪਾ ਨਾਲ ਬਹੁਤ ਸੋਹਣਾ ਸ਼ਬਦ ਅਸੀਂ ਸਾਰੇ ਕੀਰਤਨੀਏ ਮਿਲ ਜੁਲ ਕੇ ਕਰ ਰਹੇ ਹਾਂ ਅਤੇ ਆਪ ਸੰਗਤਾਂ ਦੇ ਜਲਦੀ ਸਾਹਮਣੇ ਉਹ ਸ਼ਬਦ ਰਿਲੀਜ਼ ਕਰਾਂਗੇ ਜਲਦੀ ਅਤੇ ਆਸ ਕਰਦੇ ਹਾਂ ਤੁਸੀਂ ਅਸੀਸ ਬਖਸ਼ਿਸ਼ ਕਰੋਗੇ ਜੀ। ਸੋ ਸ਼ੂਟਿੰਗ ਚੱਲ ਰਹੀ ਸੀ ਅਤੇ ਭੁੱਖ ਵੀ ਲੱਗ ਗਈ ਸੀਗੀ ਅਤੇ ਬਬਲੀ ਜੀ ਨੇ ਪਰੌਂਠਿਆਂ ਦਾ ਇੰਤਜ਼ਾਮ ਕੀਤਾ ਹੋਇਆ ਅਤੇ ਬੜਾ ਆਨੰਦ ਬਣਿਆ ਹੋਇਆ ਜੀ। ਬੰਬੀ ਦੇ ਖੜੇ ਹਾਂ ਨਾਲੇ ਅਸੀਂ, ਜਿਹੜੀ ਜਗ੍ਹਾ ਮਿਲ ਗਈ ਅਸੀਂ ਉੱਥੇ ਖੜ ਕੇ ਛਕਣ ਲੱਗ ਪਏ ਹਾਂ। ਕਿਉਂ ਭਾਈ ਸਾਹਿਬ ਜੀ, ਆਨੰਦ ਆ ਰਿਹਾ? ਬਿਲਕੁਲ। ਇਹ ਭਾਈ ਸਾਹਿਬ ਜੀ ਅਮਰਜੀਤ ਸਿੰਘ ਪਟਿਆਲੇ ਵਾਲੇ, ਇਹ ਜਿਹੜਾ ਪ੍ਰੋਜੈਕਟ ਸ਼ੁਰੂ ਹੋਇਆ ਇਹ ਇਹਨਾਂ ਤੋਂ ਸ਼ੁਰੂ ਹੋਇਆ। ਇਹ ਮੇਰੇ ਕੋਲ ਰਿਕਾਰਡਿੰਗ ਕਰ ਰਹੇ ਸੀਗੇ ਤੇ ਮੈਂ ਕਿਹਾ ਯਾਰ ਇਹ ਐਡਾ ਵਧੀਆ ਸ਼ਬਦ ਹੈਗਾ ਤੇ ਇਹਨੂੰ ਅਗਰ 4-5 ਰਾਗੀ ਇਕੱਠੇ ਕਰੀਏ ਤੇ ਕਿੰਨਾ ਮਜ਼ਾ ਆ ਜਾਏ। ਇਹਨਾਂ ਨੇ ਇੱਕ ਮਿੰਟ ਹੀ ਲਗਾਇਆ, ਨਾਲ ਹੀ ਫੋਨ ਕੀਤੇ ਇਹਨਾਂ ਨੇ ਭਾਈ ਸਾਹਿਬ ਨੂੰ, ਗਗਨਦੀਪ ਸਿੰਘ ਗੰਗਾਨਗਰ ਵਾਲੇ, ਤੇ ਮੈਂ ਓਮਕਾਰ ਸਿੰਘ ਜੀ ਨੂੰ ਫੋਨ ਕੀਤਾ ਤੇ ਨਾਲ ਹੀ ਫਿਰ ਪਤਾ ਲੱਗਿਆ ਤੀਸਰਾ ਕਿਹੜਾ ਹੋਏਗਾ। ਮੇਰੇ ਦਿਮਾਗ 'ਚ ਆਇਆ ਬੜਾ ਟਾਈਮ ਹੋ ਗਿਆ ਤਜਿੰਦਰ ਸਿੰਘ ਖੰਨੇ ਵਾਲਿਆਂ ਨੂੰ ਦੇਖਿਆ ਨਹੀਂ, ਉਹ ਬਾਹਰ ਗਏ ਹੋਏ ਸੀ ਕੈਨੇਡਾ। ਇਹਨਾਂ ਨੇ ਕਿਹਾ ਉਹ ਆ ਗਏ, ਮੈਂ ਕਿਹਾ ਲੋ ਜੀ ਹੁਣੇ ਮਿਲਾਓ। ਔਰ 15 ਮਿੰਟ ਦੇ ਅੰਦਰ ਇਹ ਸਾਰਾ ਬਣ ਗਿਆ ਔਰ ਲੁਧਿਆਣੇ ਭੱਜੇ ਜੋਇਤਲ ਸਟੂਡੀਓ ਨੇ ਕਮਾਲ ਦੀ ਰਿਕਾਰਡਿੰਗ ਕੀਤੀ ਤੇ ਅੱਜ ਅਸੀਂ ਇੱਥੇ ਸ਼ੂਟਿੰਗ ਵਾਸਤੇ ਖੜੇ ਆ। ਇਹ ਸਬੱਬੀ ਮੇਲੇ ਹੁੰਦੇ ਆ ਜੀ ਤੇ ਬੜਾ ਸੋਹਣਾ ਪ੍ਰੋਜੈਕਟ ਹੋ ਰਿਹਾ। ਭਾਈ ਓਮਕਾਰ ਸਿੰਘ, ਭਾਈ ਅਮਰਜੀਤ ਸਿੰਘ ਜੀ, ਭਾਈ ਤਜਿੰਦਰ ਸਿੰਘ, ਉਹਨਾਂ ਨੇ ਸਾਰਿਆਂ ਨੇ ਬਹੁਤ ਬਹੁਤ ਸੋਹਣਾ ਗਾਇਆ ਤੇ ਜਲਦੀ ਜਦੋਂ ਤੁਸੀਂ ਸੁਣੋਗੇ ਤੇ ਆਟੋਮੈਟਿਕਲੀ ਤੁਸੀਂ ਅਸੀਸਾਂ ਵੀ ਸਾਨੂੰ ਦਿਓਗੇ ਤੇ ਸ਼ੇਅਰ ਵੀ ਕਰੋਗੇ ਇਸ ਸ਼ਬਦ ਨੂੰ ਤੁਸੀਂ। ਤੇ ਹਜੇ ਨਾਮ ਨਹੀਂ ਤੁਹਾਨੂੰ ਕਰਾਂਗੇ ਡਿਸਕਲੋਜ਼, ਉਹ ਜਲਦੀ ਜਿੱਦਾਂ ਹੀ ਸ਼ਬਦ ਰਿਲੀਜ਼ ਹੋਏਗਾ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਦਾ ਜਿਹੜਾ ਨਿੱਘ ਹੈ ਬਾਣੀ ਦਾ, ਉਹ ਠੰਡ ਨੀ ਲੱਗਣ ਦਿੰਦਾ ਸਾਨੂੰ, ਨਾ ਠੰਡ ਵੀ ਨੀ ਲੱਗਣ ਦਿੰਦਾ, ਉਹ ਤੇ ਹਰ ਚੀਜ਼ ਤੋਂ ਬਚਾ ਕੇ ਰੱਖਦਾ। ਕਿਆ ਬਾਤ ਹੈ, ਸਾਰਿਆਂ ਦਾ ਪਿਆਰ ਦਾ ਨਿੱਘ ਮਿਲਿਆ ਮੇਰੇ। ਵਾਹ ਵਾਹ ਵਾਹ, ਆਨੰਦ ਹੈ ਜੀ। ਇਹਨਾਂ ਦਾ ਜਿਹੜਾ ਕੀਰਤਨ ਦਾ ਅੰਦਾਜ਼ ਹੈ ਸਤਿਗੁਰੂ ਨੇ ਵੱਖਰਾ ਦਿੱਤਾ, ਇਹਨਾਂ ਨੂੰ ਵੱਖਰਾ ਦਿੱਤਾ।
ਤਜਿੰਦਰ ਸਿੰਘ ਜੀ ਸੋਰੀ ਸੋਰੀ ਆਉਣ ਲੱਗੇ ਸੀ ਅਸੀਂ ਗੁਰਬਾਣੀ ਦਾ ਜਿਹੜਾ ਲੰਗਰ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਤੇ ਸਰੀਰ ਦਾ ਇੱਕ ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨਾ ਆਵੇ ਇਹਨਾਂ ਨੇ ਕੀਰਤਨ ਦਾ ਲੰਗਰ ਲਾਇਆ ਜਿਹੜਾ ਘਰ ਘਰ ਇਹ ਬੜੀ ਔਖੀ ਸੇਵਾ ਹੈ ਤੇ ਬੜੀ ਮਹਾਨ ਸੇਵਾ ਹੈ ਵਾਹ ਜੀ ਇਹ ਕੋਈ ਕੋਈ ਨਿਭਾ ਪਾਉਂਦਾ ਜਿਹੜਾ ਬਬਲੀ ਜੀ ਕੰਮ ਕਰ ਰਹੇ ਦੇਖੋ ਦਿੱਲੀ ਤੋਂ ਆ ਕੇ ਕੀ ਬਾਤ ਹੈ ਤੇ ਪੰਜਾਬ ਦੇ ਵਿੱਚ ਇਸ ਟਾਈਮ ਜਲੰਧਰ 'ਚ ਹੈ ਤੇ ਇਹ ਕੱਲ੍ਹ ਦੇ ਆਏ ਹੋਏ ਨੇ ਤੇ ਬੜਾ ਔਖਾ ਹੈ ਇੱਕ ਸ਼ਬਦ ਲਈ ਇੰਨਾ ਇੰਨੀ ਮਿਹਨਤ ਕਰਨੀ ਉਹ ਸਾਰੇ ਪ੍ਰੋਜੈਕਟ ਸਾਰੀ ਤਿਆਰੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਚਾਰਾਂ ਨੂੰ ਇਕੱਠੇ ਕਰਨਾ ਚਾਰਾਂ ਨੂੰ ਇਕੱਠੇ ਕਰਨਾ ਇਹ ਬਹੁਤ ਔਖਾ ਕੰਮ ਹੈ ਅਮਰਜੀਤ ਸਿੰਘ ਜੀ ਇਹ ਰਾਤ ਨੂੰ 1 ਵਜੇ 1:30 ਵਜੇ ਉਤਰੇ ਨੇ ਅੰਮ੍ਰਿਤਸਰ ਏਅਰਪੋਰਟ ਤੇ ਉੱਥੋਂ ਕੈਬ ਕਰਕੇ ਜਲੰਧਰ ਆਏ ਨੇ ਤੇ ਸਵੇਰੇ 5:30 ਇੱਥੇ ਪਹੁੰਚ ਗਏ ਸੀ ਸਾਡੇ ਕੋਲ ਇਹ ਤਾਂ ਰਹਿੰਦੇ ਇੱਥੇ ਨੇ ਇਹ ਵੀ ਇੱਥੇ ਰਹਿੰਦੇ ਨੇ ਰਾਤੀ ਚੰਡੀਗੜ੍ਹ ਤੋਂ ਮੈਂ ਵੀ 1 ਵਜੇ ਪਹੁੰਚਿਆ ਅੱਛਾ ਮੈਂ ਵੀ 12 ਵਜੇ ਚਾਰ ਘੰਟੇ ਬਾਅਦ ਉੱਠ ਕੇ ਹੁਣ ਸਾਡੇ ਕੋਲ ਟਾਈਮ ਬੜਾ ਘੱਟ ਹੈ ਕਿਉਂਕਿ ਇਹਨਾਂ ਦੇ ਪ੍ਰੋਗਰਾਮ ਸ਼ੁਰੂ ਹੋਣ ਵਾਲੇ ਨੇ ਹਾਂਜੀ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਜੀਤ ਜੀ ਫਟਾਫਟ ਭਾਈ ਤਜਿੰਦਰ ਸਿੰਘ ਵੀਰ ਜੀ ਹੋਣੀ ਤੁਸੀਂ ਮੇਰੇ ਖਿਆਲ ਨਾਲ ਭਾਈ ਸਾਹਿਬ ਘੱਟੋ ਘੱਟ 6-7 ਸਾਲ ਪੀਟੀਸੀ ਤੇ ਜਿਹੜਾ ਸਟਾਰਟਿੰਗ ਤੇ ਵਾਹਿਗੁਰੂ ਸਿਮਰਨ ਚੱਲਦਾ ਵਡਿਆਈਆਂ ਦੇ ਰਿਹਾ ਇਹ ਮੇਰੇ ਗੁਰੂ ਦਾ ਤਰਸ ਸੀ ਕੋਈ ਸੰਗਤ ਦਾ ਪਿਆਰ ਸੀ ਸੰਗਤ ਦੀਆਂ ਅਸੀਸਾਂ ਇੰਨੀਆਂ ਮਿਲੀਆਂ ਵੀ ਉਹ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕਰ ਦਿੱਤੀ ਸਾਡੇ ਦਿਨ ਦੀ ਸ਼ੁਰੂਆਤ ਹੀ ਹੁੰਦੀ ਸੀ ਜਦੋਂ ਪੀਟੀਸੀ ਤੇ ਭਾਈ ਸੁਣੀਦਾ ਹੁੰਦਾ ਸੀ ਬਾਕੀ ਇਹ ਜਿਹੜਾ ਉਪਰਾਲਾ ਬਬਲੀ ਸਿੰਘ ਜੀ ਕਰ ਰਹੇ ਨੇ ਅਮਰਜੀਤ ਸਿੰਘ ਵੀਰ ਜੀ ਉਹਨਾਂ ਨੇ ਕਿਹਾ ਵਧੀਆ ਇਹ ਕੰਪੋਜ਼ਿੰਗ ਬਹੁਤ ਵਧੀਆ ਤਿਆਰ ਕੀਤੀ ਹੈ ਰੀਤ ਬਹੁਤ ਸੋਹਣੀ ਹੈ ਤੇ ਗਗਨਦੀਪ ਵੀਰ ਜੀ ਨੇ ਕਿਹਾ ਗਾਇਆ ਮੇਰੇ ਸਤਿਕਾਰਯੋਗ ਵੀਰ ਓਂਕਾਰ ਸਿੰਘ ਜੀ ਉਹਨਾਂ ਸਾਹਿਬ ਵਾਲੇ ਉਹਨਾਂ ਨੇ ਕਿਹਾ ਮਤਲਬ ਅਲਾਪ ਕਰੀ ਬਹੁਤ ਖੂਬ ਜਿਹੜੀ ਤੁਸੀਂ ਵਾਪਸੀ ਕੀਤੀ ਹੈ ਭਾਈ ਸਾਹਿਬ ਬਹੁਤ ਸੋਹਣੀ ਕੀਤੀ ਹੈ ਬੜਾ ਆਨੰਦ ਖੁਸ਼ ਹੋਇਆ ਅਸੀਂ ਦੱਸ ਸਕਦੇ ਤੁਹਾਨੂੰ ਸ਼ਬਦ ਉਹ ਅਸੀਂ ਦੱਸ ਨਹੀਂ ਸਕਦੇ ਤੇ ਬਾਕੀ ਬਬਲੀ ਸਿੰਘ ਜੀ ਦੀ ਮਿਹਨਤ ਬਹੁਤ ਹੈ ਇਹ ਬਾਕੀ ਗਗਨਦੀਪ ਜੀ ਦੱਸ ਰਹੇ ਸੀ ਤੁਹਾਨੂੰ ਉਹੀ ਦੱਸਣਗੇ ਕੋਈ ਕਿੰਨਾ ਜ਼ਿਆਦਾ ਇਹ ਕੱਲ ਦੇ ਲੱਗੇ ਹੋਏ ਨੇ ਜੀ ਤੇ ਇਹ ਬੜੀ ਚਾਰਾਂ ਨੂੰ ਇਕੱਠੇ ਕਰ ਲੈਣਾ ਹੀ ਇਹ ਇੱਕ ਬਹੁਤ ਮੈਂ ਸਮਝਦਾ ਵੀ ਵੱਡੀ ਵੱਡੀ ਪ੍ਰਾਪਤੀ ਹੈ ਕਿਉਂ ਭਾਈ ਸਾਹਿਬ ਸੱਚੀ ਗੱਲ ਟਾਈਮ ਨਹੀਂ ਮਿਲਦੇ ਸਾਰਿਆਂ ਦੇ ਸੀਗੇ ਬਈ ਰਾਤ ਸਾਰੇ ਲੇਟ ਆਏ ਜੀ ਚਲੋ ਮਹਾਰਾਜ ਚੜ੍ਹਦੇ ਆ ਕੱਲਾ ਬਖਸ਼ਣ ਜੀ ਚਲੋ ਜੀ ਸਾਰਿਆਂ ਨੂੰ ਅੱਗੇ ਲੈ ਅੱਗੇ ਉਠਾ ਕੇ ਲਿਆ ਹਾਂਜੀ ਹਾਂਜੀ ਸਰ ਉੱਥੇ ਰੱਖ ਦੇ ਉੱਥੇ ਅੱਗੇ ਲੈ ਜਾ ਉੱਪਰ ਨੀ ਜਾਣਾ ਕੋਈ ਗੱਲ ਨੀ ਕੈਮਰੇ ਤੇ ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ ਜੀ ਜਿਹੜੇ ਕੈਮਰੇ ਤੇ ਸੇਵਾ ਨਿਭਾ ਰਹੇ ਨੇ ਵਲੌਗ ਦੀ
ਭਾਈ ਸਾਹਿਬ ਕਿਹਦਾ ਰਿਹਾ ਇੱਧਰ ਇੱਧਰ ਆ ਜਾਓ ਬਾ ਕਮਾਲ ਹਾਂ ਆਨੰਦ ਆ ਰਿਹਾ ਸਾਨੂੰ ਵੇਖ ਕੇ ਆਨੰਦ ਆ ਰਿਹਾ ਸੀਗਾ ਤੁਸੀਂ ਖੜੇ ਬੜੇ ਸੋਹਣੇ ਲੱਗ ਰਹੇ ਬੜਾ ਆਨੰਦ ਆ ਭਾਈ ਸਾਹਿਬ ਹਨਾ ਮੈਂ ਉਹਦਾ ਗੱਲ ਕਰ ਰਿਹਾ ਸੀ ਕਹਿਣ ਚ ਬੜਾ ਆਨੰਦ ਤੁਸੀਂ ਹੁਣ ਸ਼ੁਰੂ ਹੋ ਗਏ ਹੋ ਟਾਈਮ ਘੱਟ ਹੈ ਸਾਡੇ ਕੋਲ ਚਲੋ ਚਲੋ ਬਬਲੀ ਜੀ ਸਾਡਾ ਟਾਈਮ ਘੱਟ ਹੈ ਤੁਸੀਂ ਜਲਦੀ ਕਰੋ ਅੱਛਾ ਮੇਰੀ ਵਾਰੀ ਹੈ ਚਲੋ ਜੀ ਮੇਰੀ ਵਾਰੀ ਹੈ भाई साहब जी ने प्रोग्राम ते जाना जाना असी भी है पर भाई साहब ने काफी दूर जाना इसलिए भाई साहब नू हुणे विदाईगी असी दे दिंदे आ ते बड़ा ही चंगा लगा बहुत लंबे समय बाद भाई साहब के दर्शन करके ये सच्ची मैं हिरदे तो कह रहा कि साडा प्यार बहुत है भावे असी मिलते गिलते घट हैं क्योंकि भाई साहब अपने रुझेवे होंगे असं अपने होंगे हैं पर अज मिल के इस तरह लगा भी सच्ची जिमें बहुत टाइम बाद विछड़े भरा मिले होने क्यों भाई साहब जी वाकई सचमुच सत्संग जी एक तो लौज इन्हों के जड़े ना बड़े चुने हुए होंगे ने हमेशा ही सारे कीर्तनियां तो प्यार विच भर के ये सारे लफ्ज़ वरतदे ने पर मैं सच्ची गल कहां ये सचमुच हर एक कीर्तनी दे दिल दे बहुत नेड़े ने ये साढ़े तो उम्र विच भावें छोटे ने पर गुणा विच प्यार विच हर पक्ष विच ये बहुत वड्डे ने ये सच्चे पातशाह दी इन्हां दे तरस बनाई रखण ਨੌਜਵਾਨ ਪੀੜ੍ਹੀ ਇਹਨਾਂ ਨੂੰ ਸੁਣ ਸੁਣ ਕੇ ਕੀਰਤਨ ਵੱਲ ਪ੍ਰੇਰਿਤ ਹੋਵੇ ਇਹ ਸਾਡੀ ਅਰਦਾਸ ਹੈ ਮੇਰੇ ਔਗਣ ਵਿੱਚ ਲੈਂਦੇ ਆ ਭਾਈ ਸਾਹਿਬ ਇੱਕ ਤੋੜ ਲਾ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ ਆ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਆ ਗਿਆ चलो जी शूटिंग साड़ी हो चुकी है कंप्लीट ते बहुत सोहना सारा कुछ रहा ते भाई साहब ठीक रह गया सारा कुछ चलो जी बाकी आपां हुण समाप्ति करदे आं व्लॉग दी ते जल्दी शब्द तुहानू रिलीज करावांगे साडे नाल गुरप्रीत जी ते प्रभप्रीत जी ਇਹਨਾਂ ਨੂੰ ਤੁਸੀਂ ਬਹੁਤ ਪੁਰਾਣਾ ਜਾਣਦੇ ਹੋ ਅਤੇ ਇਹ ਮੀਡੀਆ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਖੁਸ਼ ਰੱਖਦੇ ਆ ਅਤੇ ਇਹਨਾਂ ਦਾ ਆਪਣਾ ਪ੍ਰੋਡਕਸ਼ਨ ਦਾ ਵੀ ਕੰਮ ਹੈ ਅਤੇ ਬਹੁਤ ਸਾਡੇ ਰਿਸ਼ਤੇਦਾਰੀ ਵੀ ਇਹਨਾਂ ਨਾਲ ਅਤੇ ਇਹਨਾਂ ਨੂੰ ਵੀ ਜੀ ਆਇਆਂ ਨੂੰ ਲੇਟ ਹੋ ਗਏ ਤੁਸੀਂ ਅਤੇ ਖੈਰ ਕੋਈ ਨਹੀਂ ਜੀ ਆਇਆਂ ਨੂੰ ਅਤੇ ਹੁਣ ਤਾਂ ਸ਼ੂਟਿੰਗ ਆਪਾਂ ਕੰਪਲੀਟ ਕਰ ਲਈ ਬਹੁਤ ਸੋਹਣਾ ਹੋ ਗਿਆ ਸ਼ੂਟਿੰਗ ਅਤੇ ਚਲੋ ਜੀ ਇਹ ਵੀਡੀਓ ਸਮਾਪਤ ਕਰਦੇ ਹਾਂ ਅਤੇ ਜਿਨ੍ਹਾਂ ਨੂੰ ਇਹ ਵੀਡੀਓ ਪਸੰਦ ਆਈ ਹੈ ਜ਼ਰੂਰ ਲਾਈਕ ਕਰੋ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ